ਕਿਸੇ ਨੂੰ 32 ਸਾਲ ਬਾਅਦ ਘਰ ਵਿੱਚ ਲੈਟਰ ਆ ਜਾਵੇ ਕਿ ਤੁਸੀਂ ਅੱਜ ਤੋਂ ਕੈਨੇਡਾ ਦੇ ਸਿਟੀਜ਼ਨ ਨਹੀਂ ਰਹੇ ਹੈਗੇ, ਤੁਹਾਨੂੰ ਮਿਲਿਆ ਕੈਨੇਡਾ ਦਾ ਪਾਸਪੋਰਟ, ਵਾਪਸ ਲੈ ਲਿਆ ਜਾਂਦਾ ਆ, ਜਾਂ ਦੂਜੇ ਪਾਸੇ ਆਪਾਂ ਗੱਲ ਕਰੀਏ ਜਿਹੜੇ ਅੱਜ ਕੈਨੇਡਾ ਦੇ ਪਰਮਾਨੈਂਟ ਰੈਜੀਡੈਂਟ ਬਣ ਚੁੱਕੇ ਆ, ਤਾਂ ਉਹਨਾਂ ਨੂੰ ਘਰ ਲੈਟਰ ਆ ਜਾਵੇ ਕਿ ਤੁਹਾਡੀ PR ਜਿਹੜੀ ਹੈਗੀ ਆ ਉਹ ਅੱਜ ਤੋਂ ਕੈਂਸਲ ਕਰ ਦਿੱਤੀ ਗਈ ਆ। ਕਿਹੋ ਜਿਹੇ ਹਾਲਾਤ ਹੋਣਗੇ ਕਦੀ ਮਹਿਸੂਸ ਕਰਕੇ ਦੇਖੋ। ਇਹੋ ਜਿਹੀ ਘਟਨਾ ਕੈਨੇਡਾ ਦੇ ਵਿੱਚ ਪਿਛਲੇ ਵਾਪਰੀ ਆ, ਜਿਹਦੀ ਚਰਚਾ ਨੈਸ਼ਨਲ ਮੀਡੀਆ ਵਿੱਚ ਖੂਬ ਹੋ ਰਹੀ ਹੈਗੀ ਆ, ਔਰ ਇਹਦਾ ਸੰਬੰਧ ਸਾਡੇ ਲੋਕਾਂ ਦੇ ਨਾਲ ਬਹੁਤ ਨੇੜੇ ਦਾ ਹੈਗਾ ਹੈ। ਮੈਂ ਜਸਕਰਨ ਸਿੰਘ ਢਿੱਲੋਂ ABC ਨਿਊਜ਼ 'ਤੇ ਤੁਹਾਡਾ ਨਿੱਘਾ ਸਵਾਗਤ ਕਰਦਾ। ਤੁਸੀਂ ਦੋਸਤੋ ਕਾਫੀ ਦੇਰ ਤੋਂ ਮੇਰੇ ਨਾਲ ਜੁੜੇ ਹੋਏ ਹੋ, ਔਰ ਜੇ ਤੁਸੀਂ ਮੇਰੇ ਨਾਲ ਹੋਰ ਫਰਦਰ ਸੰਪਰਕ ਕਰਨਾ ਚਾਹੁੰਦੇ ਹੋ, ਮੇਰੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਮੇਰੇ ਨਾਲ ਮੇਰੀ ਇੰਸਟਾਗ੍ਰਾਮ ਅਕਾਊਂਟ GS ਢਿੱਲੋਂ 'ਤੇ, ਅਤੇ ਜਾਂ ਮੇਰੀ ਫੇਸਬੁੱਕ ID ਜਸਕਰਨ ਸਿੰਘ ਢਿੱਲੋਂ 'ਤੇ ਤੁਸੀਂ ਮੈਨੂੰ ਮੇਰੇ ਨਾਲ ਤੁਸੀਂ ਰੀਚ ਆਊਟ ਕਰ ਸਕਦੇ ਹੋ। ਸਕਰੀਨ 'ਤੇ ਤੁਸੀਂ ਮੇਰੀ ਆਈਡੀਆਂ ਦੇਖ ਸਕਦੇ ਹੈਗੇ ਹੋ, ਜਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਵੀ ਤੁਹਾਡੇ ਲਈ ਅਵੇਲੇਬਲ ਹੈਗਾ ਆ। ਸੋ ਹੁਣ ਆਪਾਂ ਗੱਲ ਕਰਦੇ ਹਾਂ ਵੀ ਇਹ ਜਿਹੜੀ ਸਿਟੀਜ਼ਨਸ਼ਿਪ ਕੈਂਸਲ ਹੁੰਦੀ ਆ, PR ਕੈਂਸਲ ਹੁੰਦੀ ਆ, ਕਿਸ ਤਰ੍ਹਾਂ ਹੁੰਦੀ ਆ। ਜਿਹੜੀ ਅੱਜ ਇਹ ਘਟਨਾ ਵਾਪਰੀ ਉਹਦੇ ਵਿੱਚ ਇੱਕ ਜਮੈਕਾ ਮੂਲ ਦੀ ਔਰਤ, ਜਿਹਨੂੰ ਜਨਮ ਤੋਂ ਹੀ ਸਿਟੀਜ਼ਨਸ਼ਿਪ ਮਿਲੀ ਹੋਈ ਸੀਗੀ, ਉਹਦੀ ਜਿਹੜੀ ਸਿਟੀਜ਼ਨਸ਼ਿਪ ਹੈਗੀ ਆ ਉਹ 32 ਸਾਲ ਬਾਅਦ ਕੈਂਸਲ ਹੋ ਗਈ। ਬਹੁਤ ਵੱਡੀ ਗੱਲ ਆ ਵੀ ਜਿਹਨੂੰ ਜਨਮ ਤੋਂ ਹੀ ਜਿਹਨੂੰ ਸਿਟੀਜ਼ਨਸ਼ਿਪ ਮਿਲੀ ਹੋਈ, ਉਹਨੂੰ 32 ਸਾਲ ਬਾਅਦ ਐਸਾ ਉਹਨੇ ਕੀ ਕਰ ਦਿੱਤਾ ਕਿ ਉਹਦੀ ਸਿਟੀਜ਼ਨਸ਼ਿਪ ਕੈਂਸਲ ਹੋ ਗਈ। ਹੁਣ ਇਹਦੇ ਵਿੱਚ ਕੈਨੇਡਾ ਸਿਟੀਜ਼ਨਸ਼ਿਪ ਦਾ ਕੀ ਕਹਿਣਾ ਹੈਗਾ, ਕੈਨੇਡਾ ਇਮੀਗ੍ਰੇਸ਼ਨ ਦਾ ਕੀ ਕਹਿਣਾ ਹੈਗਾ ਆ ਕਿ ਇਹ ਜਿਹੜੀ ਔਰਤ ਆ ਜਿਹਦੀ ਅੱਜ ਉਮਰ 32 ਸਾਲ ਆ, ਇਹਦੀ ਮਦਰ ਨੇ ਇਹਦੇ ਜਨਮ ਤੋਂ ਪਹਿਲਾਂ ਕੈਨੇਡਾ ਦੀ ਸਿਟੀਜ਼ਨਸ਼ਿਪ ਲੈ ਲਈ ਸੀ, ਪਰ ਸਿਟੀਜ਼ਨਸ਼ਿਪ ਲੈਣ ਦੇ ਦੌਰਾਨ ਕੁਝ ਕਾਗਜ਼ੀ ਕਾਰਵਾਈਆਂ ਦੀ ਕਮੀ ਰਹਿਣ ਕਰਕੇ ਇਸ ਲੜਕੀ ਦੀ 32 ਸਾਲ ਬਾਅਦ ਜਿਹੜੀ ਐਲੀਜੀਬਿਲਟੀ ਜੋ ਟੈਸਟ ਦੁਬਾਰਾ ਹੁੰਦਾ ਆ, ਅਤੇ ਇਹਦੀ ਜਿਹੜੀ ਸਿਟੀਜ਼ਨਸ਼ਿਪ ਹੈਗੀ ਉਹ ਕੈਂਸਲ ਕਰ ਦਿੱਤੀ ਜਾਂਦੀ ਆ। ਹੁਣ ਉਹਦੇ ਵਾਸਤੇ ਇੱਕ ਬਹੁਤ ਵੱਡੀ ਕਾਨੂੰਨੀ ਚਾਰਾਜੋਈ ਜ਼ਰੂਰ ਉਹਨੇ ਕਰਨੀ ਹੈਗੀ, ਇਹ ਸਿਟੀਜ਼ਨਸ਼ਿਪ ਖੈਰ ਉਹਨੂੰ ਮਿਲ ਜਾਵੇਗੀ ਕਿਉਂਕਿ ਉਹਨੂੰ ਕਾਫੀ ਦੇਰ ਤੋਂ ਕੈਨੇਡਾ ਦੇ ਵਿੱਚ ਰਹਿ ਰਹੀ ਹੈਗੀ ਆ। ਪਰ ਸਾਡੇ ਲਈ ਸਮਝਣਾ ਇਸ ਲਈ ਜ਼ਰੂਰੀ ਹੈਗਾ ਆ ਵੀ ਬਹੁਤ ਸਾਰੇ ਲੋਕਾਂ ਦੀ ਕੈਨੇਡਾ ਦੇ ਵਿੱਚੋਂ PR ਵੀ ਕੈਂਸਲ ਹੁੰਦੀ ਆ। ਬਹੁਤ ਸਾਰੇ ਲੋਕਾਂ ਨੇ ਅਸੀਂ ਤਾਂ ਭੁਲੇਖਾ ਹੁੰਦਾ ਵੀ ਇੱਕ ਵਾਰੀ ਅਸੀਂ ਕੈਨੇਡਾ ਦੇ ਵਿੱਚ ਸਿਟੀਜ਼ਨ ਹੋ ਗਏ ਤਾਂ ਕਿਹੜੀ ਗੱਲ ਆ, ਜੋ ਮਰਜ਼ੀ ਕਰੀਏ ਇੱਥੇ ਕੁਛ ਨਹੀਂ ਕਹਿੰਦੇ ਹੈਗੇ, ਪਰ ਇਹ ਦਿਮਾਗ ਦੇ ਵਿੱਚੋਂ ਭੁਲੇਖਾ ਕੱਢ ਦਿਓ। ਤੁਹਾਡੇ ਘਰ ਵੀ ਜੇ ਤੁਹਾਡੀਆਂ ਚਾਲ ਚੱਲਣ ਚੰਗਾ ਨਹੀਂ ਹੋਊਗਾ ਤਾਂ ਤੁਹਾਡੇ ਘਰ ਵੀ ਲੈਟਰ ਆ ਸਕਦਾ। ਹੁਣ ਬਹੁਤਿਆਂ ਦੇ ਘਰ ਲੈਟਰ ਆਉਂਦਾ, ਹੁਣ ਇਹ ਸਾਰੀਆਂ ਚੀਜ਼ਾਂ ਸੋਸ਼ਲ ਮੀਡੀਆ 'ਤੇ ਲੋਕ ਸ਼ੇਅਰ ਨਹੀਂ ਕਰਦੇ। ਹੁਣ ਕਿਸੇ ਦਾ ਕੋਈ ਬਿਜ਼ਨਸ ਇਸਟੈਬਲਿਸ਼ ਹੋਵੇ, ਘਰ ਬਾਹਰ ਜਿਹਦਾ ਸਾਰਾ ਕੁਝ ਬਣਿਆ ਹੋਵੇ, ਤਾਂ ਉਹਨੂੰ ਹੁਣ PR ਕੈਂਸਲੇਸ਼ਨ ਦੀ ਲੈਟਰ ਆਈ ਹੋਵੇ ਤਾਂ ਉਹਨੇ ਹੁਣ ਆ ਕੇ ਸਾਰਿਆਂ ਨੂੰ ਥੋੜ੍ਹੀ ਦੱਸਣਾ ਹੁੰਦਾ ਕਿ ਮੇਰੇ ਨਾਲ ਆਹ ਚੀਜ਼ ਹੋਈ ਆ, ਕਿਉਂਕਿ ਇੱਕ ਸੋਸ਼ਲ ਪੀਅਰ ਜਿਹੜੀ ਸੁਸਾਇਟੀ ਦਾ ਵੀ ਇੱਕ ਇਫੈਕਟ ਹੁੰਦਾ, ਉਹ ਵੀ ਉਹਨਾਂ 'ਤੇ ਆਉਂਦਾ ਹੁੰਦਾ, ਡਰ ਆਉਂਦਾ ਹੁੰਦਾ। ਸੋ ਦੂਜੇ ਪਾਸੇ ਹੁਣ ਮੈਂ ਪਿੱਛੇ ਜੇ ਇੱਕ ਮੇਰੇ ਕੋਲ ਕੇਸ ਇੱਦਾਂ ਹੀ ਆਇਆ ਸੀਗਾ ਵੀ ਇੱਕ ਸੱਜਣ ਸੀਗੇ, ਉਹਨਾਂ ਦਾ ਮੈਨੂੰ ਫੋਨ ਆਇਆ ਵੀ 12 ਸਾਲ ਬਾਅਦ ਉਹਨਾਂ ਦੀ PR ਕੈਂਸਲੇਸ਼ਨ ਦੀ ਲੈਟਰ ਉਹਨਾਂ ਦੇ ਘਰ ਆਉਂਦੀ ਆ। ਹੁਣ ਉਹਦੇ ਵਿੱਚ ਹੁੰਦਾ ਕੀ ਆ ਕਿ ਉਹਨਾਂ ਨੇ 12 ਸਾਲ ਪਹਿਲਾਂ ਕੈਨੇਡਾ ਦੇ ਵਿੱਚ ਆਪਣੀ PR ਲਈ ਹੁੰਦੀ ਆ, 12 ਸਾਲ ਦੇ ਸਮੇਂ ਦੇ ਦੌਰਾਨ ਉਹਨਾਂ ਦੇ 2 ਕੈਨੇਡੀਅਨ ਬੋਰਨ ਬੱਚੇ ਵੀ ਹੁੰਦੇ ਨੇ, ਘਰ ਬਾਰ ਵੀ ਹੈਗਾ, ਬਿਜ਼ਨਸ ਵੀ ਸਾਰਾ ਕੁਝ ਸੈਟਲ ਹੈਗਾ, ਪਰ ਫਿਰ ਵੀ ਉਹਨਾਂ ਦੀ ਜਿਹੜੀ PR ਹੈਗੀ ਆ ਉਹਦੇ ਘਰ ਲੈਟਰ ਆਉਂਦਾ ਕਿ ਤੁਹਾਡੀ PR ਨੂੰ ਕੈਂਸਲ ਕਿਉਂ ਨਾ ਕਰ ਦਿੱਤਾ ਜਾਵੇ। ਹੁਣ ਇਹਦਾ ਕਾਰਨ ਇਮੀਗ੍ਰੇਸ਼ਨ ਵੱਲੋਂ ਕੀ ਕਿਹਾ ਜਾਂਦਾ, ਉਹ ਕਹਿੰਦੇ ਜਦੋਂ ਤੁਸੀਂ PR ਆਪਣੀ ਫਾਈਲ ਕੀਤੀ ਸੀਗੀ ਤਾਂ ਤੁਸੀਂ ਆਹ ਇੱਕ ਵਿੱਚ ਪੇਪਰ ਲਾਇਆ ਸੀ ਜਿਹੜਾ ਸਾਨੂੰ ਫਰੋਡੂਲੈਂਟ ਲੱਗਦਾ ਆ, ਪਰ ਹੁਣ ਗੱਲ ਇਹ ਆ ਵੀ ਉਹਨਾਂ ਨੂੰ 12 ਸਾਲ ਬਾਅਦ ਹੀ ਯਾਦ ਆਇਆ। ਪਰ ਇਹ 'ਚ ਹੁਣ ਇਹ ਵੀ ਸਮਝ ਲੈਣਾ ਚਾਹੀਦਾ ਕਿ ਜੇ ਕਿਸੇ ਦੀ 32 ਸਾਲ ਬਾਅਦ ਸਿਟੀਜ਼ਨਸ਼ਿਪ ਕਾਗਜ਼ਾਂ ਦੇ ਵਿੱਚ ਕਮੀ ਕਰਕੇ ਕੈਂਸਲ ਹੋ ਸਕਦੀ ਆ, ਅਤੇ ਤੁਹਾਡੀ PR ਜਿਹੜੀ ਆ, ਅਗਰ ਤੁਹਾਡਾ ਚਾਲ ਚੱਲਣ ਚੰਗਾ ਨਹੀਂ ਤਾਂ ਉਹ ਵੀ ਕੈਂਸਲ ਹੋ ਸਕਦੀ ਹੈ। ਬਹੁਤਿਆਂ ਨੂੰ ਇਸ ਚੀਜ਼ ਦਾ ਬਹੁਤ ਵੱਡਾ ਭੁਲੇਖਾ ਆ, ਔਰ ਇਸ ਵੇਲੇ ਕੈਨੇਡਾ ਇਮੀਗ੍ਰੇਸ਼ਨ ਨੇ 32 ਸਾਲ ਬਾਅਦ ਕਿ ਜਿਹਨੂੰ ਜਨਮ ਤੋਂ ਹੀ ਸਿਟੀਜ਼ਨਸ਼ਿਪ ਮਿਲੀ ਹੋਈ ਸੀ ਉਹਦੀ ਸਿਟੀਜ਼ਨਸ਼ਿਪ ਕੈਂਸਲ ਕਰਕੇ ਬਹੁਤਿਆਂ ਦੇ ਭੁਲੇਖੇ ਜ਼ਰੂਰ ਕੱਢ ਦਿੱਤੇ ਨੇ ਵੀ ਇਹ ਚੀਜ਼ਾਂ ਕਿਸੇ ਵੀ ਟਾਈਮ ਵਾਪਰ ਸਕਦੀਆਂ ਨੇ। ਇਹ ਸਮਝਣੀਆਂ ਸਾਡੇ ਯੂਥ ਲਈ, ਸਾਡੇ ਨਵੇਂ ਆ ਰਹੇ ਬੱਚਿਆਂ ਲਈ ਇਸ ਲਈ ਜ਼ਰੂਰੀ ਨੇ ਕਿ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਕੈਨੇਡਾ ਦੇ ਵਿੱਚ ਕੋਈ ਨਾ ਕੋਈ ਡਾਕੂਮੈਂਟ ਆਪਣਾ ਫੇਕ ਲਾ ਕੇ ਆਉਂਦੇ ਆ। ਕਿਸੇ ਨੇ ਆਪਦੇ ਸਟੱਡੀ ਸਰਟੀਫਿਕੇਟ ਕੋਈ ਫੇਕ ਲਾਇਆ, ਕਿਸੇ ਨੇ ਕੋਈ ਡਿਪਲੋਮਾ ਫੇਕ ਬਣਾ ਕੇ ਲਾਇਆ ਹੋਇਆ ਆ, ਕਿਸੇ ਨੇ ਆਰਟਸ ਦੇ ਸਰਟੀਫਿਕੇਟ ਬਣਾਏ, ਕਿਸੇ ਨੇ ਬੈਂਕ ਸਟੇਟਮੈਂਟਾਂ ਵਿੱਚ ਫੇਕ ਲਾਈਆਂ ਹੋਈਆਂ, ਵੀਜ਼ੇ ਤੁਹਾਡੇ ਲੱਗ ਗਏ ਨੇ ਕੋਈ ਗੱਲ ਨਹੀਂ, ਪਰ ਤੁਹਾਡੀ ਲੰਕਾ ਢਾਉਣ ਵਾਸਤੇ ਕਿਸੇ ਹੋਰ ਨੇ ਨਹੀਂ ਆਉਣਾ, ਕਿਸੇ ਤੁਹਾਡੇ ਕਰੀਬੀ ਨੇ ਕਿਤੇ ਨਾ ਕਿਤੇ ਕੋਈ ਨਾ ਕੋਈ ਗੱਲ ਜਦੋਂ ਵੀ ਕਿਤੇ ਇਮੀਗ੍ਰੇਸ਼ਨ ਕੋਲ ਕਰ ਦਿੱਤੀ
ਵੀ ਆਹ ਫਲਾਣਾ ਇਹਨੂੰ ਮੈਂ ਜਾਣਦਾ, ਇਹਨੇ ਉਦੋਂ ਆਹ ਕੰਮ ਕੀਤਾ ਸੀ, ਤੇ ਉਹ ਤੁਹਾਡੇ ਉੱਤੇ ਵੀ ਕਿਤੇ ਉਹ ਗਾਜ ਡਿੱਗ ਸਕਦੀ ਹੈਗੀ ਆ। ਬਹੁਤ ਸਾਰੇ ਲੋਕ ਕੈਨੇਡਾ ਇਮੀਗ੍ਰੇਸ਼ਨ ਨੂੰ ਨਾ ਐਵੇਂ ਟਿੱਚ ਜਾਣਦੇ ਨੇ ਵੀ ਕੋਈ ਗੱਲ ਨਹੀਂ, ਕਿਹੜੀ ਗੱਲ ਹੋ ਜਾਂਦੀ। ਬਹੁਤ ਸਾਰੇ ਕੰਸਲਟੈਂਟ ਵੀ ਇਹੋ ਜਿਹੀਆਂ ਸਲਾਹਾਂ ਦਿੰਦੇ ਨੇ ਕਿ ਕੋਈ ਗੱਲ ਨਹੀਂ, ਇੰਨਾ ਕੁ ਪੇਪਰ ਬਣਾ ਕੇ ਵਿੱਚ ਲਾ ਦੇ, ਕਿਹੜੀ ਗੱਲ ਆ, ਕੋਈ ਗੱਲ ਨਹੀਂ, ਨਿਕਲ ਜਾਣਾ ਕੇਸ ਆਪਣਾ। ਇਹ ਨਿਕਲ ਜਾਣਾ ਕੁਛ ਮੂਮੈਂਟ ਲਈ ਹੋ ਸਕਦਾ ਆ, ਪਰ ਜਦੋਂ ਤੁਸੀਂ ਕੈਨੇਡਾ ਵਿੱਚ ਸੈਟਲ ਹੋ ਚੁੱਕੇ ਹੋਵੋ, ਤੁਹਾਡਾ ਕਾਰੋਬਾਰ ਹੋਵੇ, ਘਰ ਬਾਰ ਹੋਵੇ, ਤੁਸੀਂ ਇੱਕ ਫੈਮਿਲੀ ਵਾਲੇ ਹੋਵੋ, ਤਾਂ ਉਦੋਂ ਤੁਹਾਡੇ ਉੱਤੇ ਇਹੋ ਜਿਹੀ ਗਾਜ ਡਿੱਗੇ ਤੇ ਤੁਹਾਨੂੰ ਉਹਨੂੰ ਧਰਤੀ ਨੇ ਥਾਂ ਨਹੀਂ ਦੇਣਾ। ਸੋ ਇਸ ਲਈ ਕੋਈ ਵੀ ਝੂਠ ਨਾ ਬੋਲੋ, ਕੈਨੇਡਾ ਇਮੀਗ੍ਰੇਸ਼ਨ ਦੇ ਨਾਲ ਧੋਖਾਧੜੀਆਂ ਦੇ ਵਿੱਚ ਨਾ ਪਵੋ। ਕਿਸੇ ਵੀ ਟਾਈਮ ਊਠ ਤੇ ਬੈਠੇ ਨੂੰ ਕੁੱਤਾ ਪੈ ਸਕਦਾ ਆ। ਉਮੀਦ ਕਰਦਾ ਤੁਹਾਨੂੰ ਇਹ ਚੀਜ਼ ਹੁਣ ਸਮਝ ਆਈ ਹੋਵੇਗੀ, ਔਰ ਤੁਸੀਂ ਅਗਰ ਇਨਫੋਰਮੇਸ਼ਨ ਚੰਗੀ ਲੱਗੀ ਆ ਇਹਨੂੰ ਹੁਣ ਦੱਬ ਕੇ ਸ਼ੇਅਰ ਵੀ ਜ਼ਰੂਰ ਕਰ ਦਿਓ। ਤੁਹਾਡੇ ਕੋਲ ਸਿਰਫ ਇਸੇ ਚੀਜ਼ ਦੀ ਆਪਾਂ ਅਪੀਲ ਕਰਦੇ ਹਾਂ। ਰੱਬ ਰੱਖਾ।